ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖਦੇ ਪਿਆਰ ਸ਼ਦ ਅਲੀ ਟੀਵੀ ਤੇ ਮੈਂ ਤੁਹਾਡਾ ਮਹਿਮਾਨ ਮੁਹੰਮਦ ਗਫਾਰ ਸਭ ਤੋਂ ਪਹਿਲੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਹਰ ਆਉਣ ਵਾਲੀ ਵੀਡੀਓ ਤੁਹਾਨੂੰ ਪਹੁੰਚੇ ਉਹ ਤੁਸੀਂ ਵੇਖੋ ਰੋਹ ਦੀ ਨਿਸਬਤ ਇਨਸ਼ਾਅੱਲਾ ਇਨਸ਼ਾਅੱਲਾ ਬਾ ਫਜ਼ਲੇ ਖੁਦਾ ਚੰਗੇ ਚੰਗੇ ਜਾਨਵਰ ਤੁਹਾਡੇ ਵਾਸਤੇ ਨੀਲੀ ਦੇ ਕੱਢ ਕੇ ਬ੍ਰਾਂਡ ਲੈ ਕੇ ਆਈ ਦੇ ਬ੍ਰਾਂਡ ਲੈ ਕੇ ਆਈ ਦੇ ਨੇ ਅੱਲਾ ਦੀ ਮਿਹਰਬਾਨੀ ਨਾਲ ਮਿਹਨਤਾਂ ਕੋਸ਼ਾਂ ਦੇ ਨਾਲ ਇਹ ਭੱਜ ਭਜਾ ਕੇ ਮੋਟਰਸਲ ਭਜਾ ਕੇ ਫਿਰ ਜਾਨਵਰ ਇਸ ਤਰ੍ਹਾਂ ਦੇ ਮਿਲਦੇ ਨੇ ਅੱਜ ਤੁਸੀਂ ਦੇਖ ਲੈਣਾ ਨਾ ਇਨਸ਼ਾਅੱਲਾ ਤੁਸੀਂ ਇਹ ਗੱਲ ਕਹਿਣੀ ਹੈ ਕਿ ਵਾਕਈ ਭਾਈ ਗਫਾਰ ਨੀਲੀ ਤੋਂ ਕੱਢਿਆ ਹੈ ਬ੍ਰਾਂਡ ਅੱਲਾਹ ਦੀ ਮਿਹਰਬਾਨੀ ਨਾਲ ਐਵੇਂ ਦੇ ਹਵਾਨੇ ਐਵੇਂ ਦੇ ਥਾਨ ਐਵੇਂ ਦੀਆਂ ਗਲਾਈਆਂ ਘੱਟ ਮੱਜਾ ਤੁਸੀਂ ਦੇਖੀ ਹੋਣੀਆਂ ਕੋਈ ਮੱਜ ਉੱਚੀ ਨਹੀਂ ਵੀ ਨਹੀਂ ਟੁਰਦੀ ਫਿਰਦੀ ਤੁਹਾਨੂੰ ਦਿਖਾਵਾਂਗੇ ਮੈਂ ਇਹਨੂੰ ਬਟਨ ਨੀਲੀ ਦੇ ਠੀਪੇ ਲੱਗੇ ਨੇ ਬਾਕਾਇਆ ਥਾਨ ਮੈਂ ਇਹਨੂੰ ਚੈੱਕ ਕਰ ਲੈਣਾ ਵਾ ਵੀ ਥਾਨ ਕਿੱਡਾ ਪਿਆਰਾ ਹੈ ਪੀੜੀ ਦੇ ਪਾਵੇ ਜਾਂ ਨਹੀਂ ਖਵਾਨਾ ਇਹਨਾਂ ਕਸਮਾਂ ਟਾਈਟ ਨਾਲ ਕੋਈ ਟੁੱਟਮਾ ਨਹੀਂਗਾ ਕੋਈ ਮੈਨੂੰ ਬੋਤੀ ਵਾਲਾ ਚੱਡਾ ਨਹੀਂਗਾ ਮੈਨੂੰ ਖਵਾਨਾ ਬੜਾ ਪਿਆਰਾ ਬਕਾਇਆ ਕੱਦ ਮੈਨੂੰ ਬਹੁਤ ਵੱਡਾ ਨਹੀਂ ਨਾ ਛੋਟਾ ਦਰਮਿਆਨਾ ਕੱਦ ਦਾ ਕਿਉਂਕਿ ਸਾਰੀ ਗੱਲ ਦੱਸਣੀ ਚਾਹੀਦੀ ਏ ਕੋਈ ਬੰਦਾ ਕਿਸੇ ਗੱਲ ਤੋਂ ਡਾਊਟ 'ਚ ਨਾ ਰਹਿ ਜਾਵੇ ਕੋਈ ਬੰਦਾ ਇਹ ਗੱਲ ਨਾ ਕਵੇ ਵੀ ਭਾਈ ਗੁਫਾਰ ਵਹਾਈ ਉੱਚੀ ਸੀ ਜਾਂ ਲੰਮੀ ਸੀ ਨਿਕਲਿਆ ਕੀ ਜਿਹੜੀ ਗੱਲ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਅੱਲਾ ਦੀ ਰਹਿਮਤ ਨਾਲ ਉਹ ਹੀ ਕਰਾਂਗੇ ਬਕਾਇਆ ਸੌਦੇ ਨੇ ਸਾਰੇ ਨਸੀਬਾਂ ਦੇ ਬਕਾਇਆ ਮੱਝ ਤਸੱਲੀ ਦੇ ਨਾਲ ਦੇਖ ਲੈਣੀ ਹੈ ਇਨਸ਼ਾਅੱਲਾ ਬਕਾਇਆ ਮਾਲਕ ਤੋਂ ਪੁੱਛ ਕੇ ਦਿਆਂਗੇ ਸਾਰੀਆਂ ਪੱਠੇ ਜਾਂ ਥੋੜੇ ਪਿਛਾਂ ਨੂੰ ਕਰਦੇ ਮਾਈ ਖਿੱਚਦੀ ਹੈ ਸਾਰੀਆਂ ਗੱਲਾਂ ਬਾਤਾਂ ਮਾਈ ਤਸੱਲੀ ਨਾਲ ਵੇਖਣੀ ਮੱਝ ਬਾਰੀਕ ਪੂਰੀ ਮਾਸ਼ਾਅੱਲਾ ਜੇ 25 ਦਿਹਾੜੇ 25 ਤਰੀਕ ਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਪਾਈ ਠੀਕ ਹੋ ਕੀ ਨਾਮ ਆਪਣਾ ਨਦੀਮ ਅਬਾਸ ਨਦੀਮ ਅਬਾਸ ਪਾਈ ਇਹ ਗੱਲ ਦੱਸਣੀ ਤੂੰ ਸਾਨੂੰ ਵੀ ਅੱਲਾ ਤੇਰਾ ਭਲਾ ਕਰੇ ਭਾਈ ਘਬਾਲੇ ਇਧਰ ਆ। ਇਹ ਕਿੰਨੇ ਦਿਹਾੜੇ ਲੈਂਦੀ ਐ? 25 ਤਰੀਕ ਨੂੰ ਸੋਹਣਾ ਜੀ। 25 ਤਰੀਕ ਨੂੰ ਅੱਜ ਕਿੰਨੇ ਤਰੀਕ 19 19 ਹੋ ਗਏ। 6 ਦਿਨ ਅਜੇ ਬਾਕੀ ਰਹਿੰਦੇ ਇਹਦੇ ਚ। ਮੈਂ ਤਾਂ ਕਹਿੰਦਾ ਤਿਆਰ ਹੀ ਆ ਜੀ ਸੂਪੇ ਦੀ। ਹਾਂ ਜਿੰਨਾ ਮੱਝ ਬਣੀ ਐ ਭਾਈ ਆਪਣਾ ਕੀਨਾ ਤੁਹਾਡਾ ਨਦੀਮ ਭਾਈ ਜਿੰਨੀ ਮੱਝ ਬਣੀ ਐ ਮੇਰਾ ਤਾਂ ਜ਼ੇਨ ਅਜੇ ਇੰਨੀ ਹੋਰ ਬਣੇਗੀ। ਅੱਛਾ ਜੀ। ਇੰਨੀ ਹੋਰ ਬਣੇਗੀ। ਇਨਸ਼ਾਅੱਲਾ ਫਿਰ ਬਵੇਗੀ ਕਿਸ ਤਰ੍ਹਾਂ? ਨਹੀਂ ਬਹਿ ਨਹੀਂ ਸਕਦੇ ਟੰਗ ਚੱਕ ਕੇ ਬਹਿੰਦੀ ਐ ਬੜੀ ਅਜਾ ਟੰਗ ਚੱਕ ਕੇ ਫਿਰ ਮੱਜ ਬੰਦੀ ਦੂਜੇ ਦੂਜਾ ਵਾਰਾ ਸੁਣਾ ਦੂਜਾ ਵਾਰਾ ਅੱਛਾ ਲੈ ਛੋਟੇ ਆਈ ਤੂੰ ਮਾਈ ਨੂੰ ਛੱਡੀ ਥੋੜਾ ਦੂਸਰਾ ਵਾਰਾ ਅੱਛਾ ਥਨਾ ਦੀ ਇਹਦੀ ਗਾਰੰਟੀ ਹੋਵੇਗੀ ਆਪਣੀ ਗਾਰੰਟੀ ਜੀ ਅਜਾ ਕਿੰਨਾ ਦੁੱਧ ਕਰੇਗੀ ਦੁੱਧ ਜੇ 18 ਤੋਂ 20 ਕਿਲੋ ਚਲੋ ਮਿਹਰਬਾਨੀ ਆ 25 26 ਕਿਲੋ ਨਹੀਂ ਕਹਿਤਾ 18 ਤੋਂ ਪਹਿਲਾਂ ਕਿੰਨਾ ਕਰਦੀ ਰਹੀ 15 16 ਦਿਨ 14 15 ਕਿਲੋ ਦਿੰਦੀ ਰਹੀ ਆਮ ਚਰਾਇ ਚ ਆਏ ਕੱਟੇ ਨੂੰ ਹਾਂ ਕੱਟੇ ਨੂੰ ਲੈ ਆ ਕੇ ਅੱਛਾ ਕੱਟੇ ਨੂੰ ਲਿਆ ਕੇ 14 15 ਲੀਟਰ ਦਿੰਦੀ ਰਹੀ ਐ ਕਿ 17 ਤੋਂ 18 ਲੀਟਰ ਇਹ ਮੱਝ ਕਰੇਗੀ ਬੜੇ ਆਰਾਮ ਨਾਲ ਇਨਸ਼ਾਅੱਲਾ ਔਰ ਇਹਨੂੰ ਕਰਨਾ ਵੀ ਚਾਹੀਦਾ ਮਾਸ਼ਾਅੱਲਾ ਬਕਾਇਆ ਅੱਲਾ ਦੇ ਫਜ਼ਲ ਨਾਲ ਅੱਲਾ ਨਜ਼ਰ ਬਾਤ ਤੋਂ ਬਚਾਵੇ ਮੋੜ ਕੇ ਲਿਆ ਮੱਝ ਦੇਖ ਲੈਣੀ ਹੈ ਪੂਰੀਆਂ ਤਸੱਲੀਆਂ ਨਾਲ ਗਰੰਟੀਆਂ ਨਾਲ ਬਕਾਇਆ ਤੁਹਾਨੂੰ ਜਿਹੜੀ ਜਿਹੜੀ ਗੱਲ ਦੱਸੀ ਐ ਅੱਖ ਚਿੱਟੀ ਬੱਗੀ ਐ ਸਫੈਦ ਬਿੱਲੀ ਆਖੇ ਬਕਾਇਆ ਅੱਲਾ ਦੀ ਮਿਹਰਬਾਨੀ ਨਾਲ ਉੱਥੇ ਲਿਆ ਉਦਾਂ ਹੀ ਇਧਰ ਧੁੱਪ ਪੈਂਦੀ ਜਿਹੜੀ ਜਿਹੜੀ ਗੱਲ ਦੱਸਾਂਗੇ ਮੱਝ ਦਾ ਕੱਦ ਦਰਮਿਆਨਾ ਵੱਡਾ ਨਹੀਂ ਨਾ ਛੋਟਾ ਬਿਲਕੁਲ ਪਿਓਰ ਨੀਲੀ ਇੱਥੇ ਰੋਕ ਪਸ਼ਮ ਅੱਛਾ ਭਾ ਆਪਣਾ ਥਨਾ ਦੀ ਤੇਰੀ ਗਰੰਟੀ ਹੈ ਅੱਛਾ ਐਵੇਂ ਸੌਦਾ ਹੋ ਜਾਵੇ ਕਿਸੇ ਬੰਦੇ ਨਾਲ ਬਾਦ ਖਲੀ ਖੁੱਲੀ ਜਾਂਦੇ ਕੋਈ ਬੰਦੇ ਨਾ ਜੂੜ ਪਾ ਕੇ ਖਿੱਚ ਖਵਾਜ ਤੇ ਵੀਡੀਓ ਬਾਹਰ ਛੱਡਾ ਕੱਢ ਕੇ ਬਣਾਉਂਦੇ ਨੇ ਬਹਰ ਮੱਝ ਆਜ਼ਾਦ ਫਿਰਦੀ ਹੈ ਅੱਲਾ ਦੀ ਮਿਹਰਬਾਨੀ ਨਾਲ ਤੇ ਬਾਈ ਥਨਾ ਦੀ ਗਰੰਟੀ ਗਰੰਟੀ ਅਗਾੜੀ ਕਿੰਨੀ ਮੱਝ ਦਿੰਦੀ ਰਹੀ ਆ ਗਾੜੀ 3 ਕਿਲੋ ਦੀ 3 ਕਿਲੋ ਦੀ ਦਿੰਦੀ ਰਹੀ ਹੈ ਹਾਂਜੀ ਅਜਾ ਪਿਆਰ ਮੁਹੱਬਤ ਵਾਲਾ ਮੁੱਲ ਕਰਨਾ ਬਿਲਕੁਲ ਗੰਜਾਸ਼ਾ ਸਾਰੀਆਂ ਪਾ ਕੇ ਮੁੱਲ ਉਹ ਮੰਗਣਾ ਜਿਹੜਾ ਮੇਰੀ ਸਫਰ ਮੇਰਾ ਮੇਰਾ ਖਿਆਲ 110 ਕਿਲੋਮੀਟਰ ਮੈਂ ਕਰਕੇ ਆਇਆ ਹਾਂ ਹਾਂ ਤੇ ਤਬੀਅਤ ਰਾਜ਼ੀ ਕਰ ਦੇਣੀ ਮੋਲ ਤੋਂ 7-8 ਲੱਖ ਕਰਾਂ ਤੇ ਤੇਰੇ ਵਾਸਤੇ 6.5 ਲੱਖ ਕੀ ਹੈ ਮੋਲ ਤੋਂ 7-8 ਲੱਖ ਕਰਾਂ ਹਾਂਜੀ ਤੇ ਦੇਣੀ ਕਿਤਨੇ ਕੀ ਹੈ 6.5 ਲੱਖ ਕੀ ਲੋ ਜੀ ਮੋਲ ਤਾਂ ਕਹਿੰਦੇ ਕਰਾਂ 6 7 8 ਲੱਖ ਦੇਣਗੇ ਸਾਡੇ 6 ਲੱਖ ਕਿ 6 ਲੱਖ 50 ਹਜ਼ਾਰ ਇਹਦੇ ਵਿੱਚ ਵੀ ਇਨਸ਼ਾਅੱਲਾ ਗੁਨਜਾਇਸ਼ ਪਿਆਰ ਮੁਹੱਬਤ ਹੋਵੇਗਾ ਜ਼ਰੂਰ ਅੱਲਾ ਦੀ ਮਿਹਰਬਾਨੀ ਨਾਲ ਅੱਲਾ ਦੇ ਕਰਮ ਨਾਲ ਇਨਸ਼ਾਅੱਲਾ ਮਾਝ ਦੇਖਣੀ ਆ ਮਾਸ਼ਾਅੱਲਾ ਤੇ ਕਮੈਂਟ ਜ਼ਰੂਰ ਲਾਉਣੇ ਨੇ ਇਨਸ਼ਾਅੱਲਾ ਮਿਲਦੇ ਅੱਛੀ ਔਰ ਬਿਹਤਰੀਨ ਵੀਡੀਓ ਨਾਲ ਅੱਲਾ ਨਿਗਹबान ਪਾਕਿਸਤਾਨ ਜ਼ਿੰਦਾਬਾਦ